च परी या गुरबाणी नाले दूर हो जाते, ये तो गुरबाणी नाले दूर हो जाते। गुरु के उपदेश जदों गुरु के शब्द की समझ पैनी है ना गुरबाणी की, ये दूर हो जाने। सिखा के दूर क्यों नहीं होंगे? इनकी समझ नहीं हैगी गुरबाणी की। जिदन समझ आनी है तो दूर हो जाने ने। गुर के शब्द सो समझ उन्होंने काम क्रोध हंकार का निवारण किया, जिन्होंने गुरु उपदेश की गुर के उपदेश की समझ पै जाती है। गुर के उपदेश की समझ पैण नाल ये गल्लां होणीआं ने, गुरबाणी नूं मत्था टेकण नाल नहीं होणी। होर जो मर्जी कर लो नहीं होणीआं। जो गुरबाणी च लिखिया होया इवें ही मसला हल होना, वरना नहीं होना। असीं इहनूं छड्ड के अपनी मर्जी नाल होर किसी तरीके नाल चाहुंदे मसला भी हल हो जाए, गुरबाणी मनणी होवे ਇਹ ਨਹੀਂ ਹੋਣਾ। ਖਿੰਤਾ ਝੋਲੀ ਭਰਪੁਰ ਰਹਾ ਨਾਨਕ ਤਾਰੈ ਏਕ ਹਰੀ। ਖਿੰਤਾ ਝੋਲੀ ਭਰਪੁਰ ਰਹਾ। ਖਿੰਤਾ ਕੀ ਹੈ? ਉੱਪਰ ਕੱਪੜਾ ਲਿਆ ਹੈ, ਉਹ ਸਰਵ ਵਿਆਪੀ ਹੈ, ਉਹ ਸਭ ਦੇ ਉੱਪਰ ਉਹਦਾ ਹੱਥ ਹੈ, ਛਤਰ ਛਾਇਆ ਹੈ, ਉਹੀ ਖਿੰਤਾ ਮੇਰੀ ਤਾਂ सारियां नूं भर के पूरा कर रहा है, अकल दे रहा, सारियां नूं जिन्नी कमियां दूर कर रहा। ये झोली है, झोली च की पाउणा है? गुण च की पाउणा? ज्ञान पाउणा। वो पा रहा ज्ञान। जे कुदरत नूं समझण लगी है तो ज्ञान आपे ही पई जांदा। जे भाणे नूं मनण लगी है, भाणे नूं समझण लगी है, ज्ञान ही पैंदा। जो होर की पैंदा? कुदरत नूं समझण लगी है, ज्ञान आपे पई जाता। कुदरत ज्ञान का ही सागर है, और कुदरत है कि संसार की रचना कुदरत ने की है। इसे की खोज कर रहे हैं सारी दुनिया। ये ज्ञान है, ज्ञान ये जापी पई जाता है। बाहरली झोली तो शरीर की झोली है, बाहरले दी आटा जड़ा पाना, मिठा गुड़ वगैरह पाना, वह तो शरीर ने खा लेना। अंतरात्मा की झोली केड़ी है? अंतरात्मा की झोली है हिरदा। हिरदा किड्डा जिन्नी खाली जगह ना सारी, जिथे तक रचना ब्रह्मांड जो पर बरपंड पिंड सो जान भजना बरपंडा यही तेरा ढिड है। ये मन का पेट है, मन के अंदर अंदर इन्ना कुछ है। ये सारे ज्ञान भर लै भरया होया की है, सारे पदार्थ भरने चाहता है। सारा संसार मेरा हो जाए, ज्ञान भर लै संसार का, फिर तेरा ही है। ਇਹ ਸੰਸਾਰ ਨਾ ਪਰ ਸੰਸਾਰ ਦਾ ਗਿਆਨ ਪਰ। ਨਾਨਕ ਤਾਰੈ ਏਕ ਹਰੀ। ਨਾਨਕ ਤਾਰੈ ਏਕ ਹਰੀ। ਬਸ ਇੱਕ ਹਰੀ ਹੈ ਜਿਹੜਾ। ਫਿਰ ਹਰੀ ਕੌਣ ਹੈ? ਹਰੀ ਹੁਕਮ। ਹੁਕਮ ਵੀ ਹਰੀ ਹੈ। ਏਕ ਹਰੀ ਹੁਕਮ। ਅਨੇਕ ਹਰੀ ਵੀ ਹੈ। ਅਨੇਕ ਹਰੀ ਸਾਰਿਆਂ 'ਚ ਹੈ। ਘੱਟ ਘੱਟ ਮੈਂ ਹਰਜੂ ਉਹ ਅਨੇਕ ਹਰੀ ਹੈ। ਹੁਕਮ ਤੇ ਆ ਕੇ ਏਕ ਹਰੀ ਹੈ। ਹੁਕਮ ਸੱਤ ਹੈ। ਹੁਕਮ ਹੈ ਉਹਨਾਂ ਚਿਰ ਜਿੰਨਾ ਚਿਰ ਹਰਾ ਰਹਿੰਦਾ ਸਰੀਰ। ਜਾਂ ਹੁਕਮ ਨਹੀਂ ਹੁੰਦਾ ਹਰੀ, ਹਰ ਸਰੀਰ ਅਲੱਗ ਹੋ ਜਾਂਦਾ। ਮਾਇਆ ਨੂੰ ਹਰਾ ਕਰਨ ਦਾ ਸੂਕੇ ਕਾਸ਼ਟ ਹਰਿਆ ਉਹ ਹੁਕਮ ਨਾਲ ਹੁੰਦਾ। ਜਪਣ ਵਾਲਾ ਹੁਕਮ ਹੈ। ਸਾਚਾ ਸਾਹਿਬ ਸਾਚੀ ਨਹੀਂ ਪਰਖੈ ਗੁਰ ਕੀ ਬਾਤ ਖਰੀ। ਸਾਚਾ ਸਾਹਿਬ ਸਾਚੀ ਨਹੀਂ। ਸਾਹਿਬ ਸਾਚਾ, ਉਹਦਾ ਨਾਮ ਵੀ ਸੱਚਾ, ਉਹਦਾ ਇਨਸਾਫ ਵੀ ਸੱਚਾ ਹੈ। ਨਿਉ ਨਿਉ ਨਹੀਂ ਦਾ ਮਤਲਬ ਨਿਉ ਇਨਸਾਫ। ਗਲਤ ਇਨਸਾਫ ਨਹੀਂ ਹੁੰਦਾ। ਉੱਥੇ ਰਾਜਾ ਉਹਦਾ ਨਾਮ ਵੀ ਸੱਚ ਹੈ। ਹੱਕੋ ਹੱਕ ਸੱਚੋ ਹੀ ਸੱਚ ਨਿਬੜਿਆ, ਤੇ ਸੱਚੋ ਹੀ ਸੱਚ ਨਿਬੜਿਆ। ਚੁਣ ਵੱਖ ਕੱਢੇ ਜਜਵਾਲ, ਇੱਥੇ ਸੱਚੋ ਸੱਚ ਨਹੀਂ ਹੋ ਸਕਦਾ, ਕਿਉਂਕਿ ਇੱਥੇ ਦੁਨੀਆ ਹੀ ਝੂਠਦੀ ਹੈ, ਇੱਥੇ ਆਧਾਰ ਹੀ ਝੂਠ ਹੈ। ਸੱਚ ਦੀਆਂ ਲੋਕ ਗੱਲਾਂ ਕਰਦੇ ਨੇ, ਸੱਚ ਦਾ ਗਿਆਨ ਕਿਹਨੂੰ ਹੈ? ਜਿਹਨੂੰ ਸੱਚ ਦਾ ਗਿਆਨ ਹੀ ਨਹੀਂ ਹੈ, ਸੱਚ ਦੀਆਂ ਗੱਲਾਂ ਕਰੀ ਜਾਵੇ। ਸੱਚ ਤੱਕ ਦੁਨੀਆ ਪਹੁੰਚਦੂ ਹੋ ਨਹੀਂ ਸਕਦਾ, ਜਿੱਦਣ ਸੱਚ ਤੱਕ ਪਹੁੰਚਣਾ ਉਦੋਂ ਦੁਨੀਆ ਨੇ ਖਤਮ ਹੋ ਜਾਣਾ। ਜਿਹੜਾ ਸੱਚ ਤੱਕ ਪਹੁੰਚ ਗਿਆ ਉਹ ਦੁਨੀਆ ਛੱਡ ਗਿਆ, ਖਤਮ। ਸੰਸਾਰ ਨਾਲ ਉਹਦਾ ਕੋਈ ਸੰਬੰਧ ਨਹੀਂ, ਸੰਸਾਰ ਝੂਠ ਹੈ, ਸੰਸਾਰ ਤੋਂ ਪਰੇ ਸੱਚ ਹੈ। ਸੱਚ ਨੇ ਸੰਸਾਰ ਪੈਦਾ ਕੀਤਾ, ਸੰਸਾਰ ਦਾ ਝੂਠ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਸੱਚ ਦਾ ਜਿਉਂ-ਜਿਉਂ ਪਤਾ ਲੱਗਣਾ ਤੇ ਉਦੋਂ ਸੰਸਾਰ ਚੋਂ ਬਾਹਰ ਨਿਕਲੀ ਜਾਣਾ, ਸੰਸਾਰ ਤੋਂ ਕਿਨਾਰਾ ਕਰੀ ਜਾਣਾ। ਜਿਹੜੇ ਸੱਚ ਦੇ ਗਿਆਤਾ ਹੋ ਜਾਂਦੇ, ਸੱਚ ਦਾ ਗਿਆਨੀ ਹੋਣਾ, ਆਤਮ ਗਿਆਨੀ ਹੋਣਾ, ਇਹ ਸੱਚ ਸਰੂਪ ਹੈ। ਜਿਹੜੇ ਆਤਮਾ ਦੇ ਗਿਆਨ, ਆਤਮਾ ਦੇ ਗਿਆਨੀ ਹੋ ਜਾਂਦੇ ਨੇ ਨਾ, ਆਤਮਾ ਨੂੰ ਜਾਣ ਲੈਂਦੇ ਨੇ, ਉਹ ਸੰਸਾਰੀ ਆਦਮੀ ਨਹੀਂ ਰਹਿੰਦੇ। ਫਿਰ ਜਿੰਨੀ ਆਤਮ ਜਾਣਿਆ ਪਰਮ ਆਤਮ ਸੋਈ, ਉਹ ਸੰਸਾਰੀ ਹੁੰਦੇ ਹੀ ਨਹੀਂ। ਸੰਸਾਰ ਦੇ ਵਿੱਚ ਰਹਿੰਦੇ ਵੀ ਸੰਸਾਰੀ ਨਹੀਂ ਹੁੰਦੇ, ਦੁਨੀਆ ਨੂੰ ਸੰਸਾਰੀ ਲੱਗਦੇ ਹੋਣ ਅਲੱਗ ਗੱਲ ਹੈ, ਪਰ ਉਹ ਸੰਸਾਰੀ ਨਹੀਂ ਹੁੰਦੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਮਨੁੱਖਾ ਦੇਹੀ ਕਰਕੇ ਜੇ ਹੋਰ ਵੀ ਉਸ ਵੇਲੇ ਜਿਉਂਦੇ ਹੋ ਤਾਂ ਉਹਦੀ ਦੇਹੀ ਕਰਕੇ ਉਹਦਾ ਭੇਦ ਨਹੀਂ ਮੰਨ ਲੈਣਾ ਚਾਹੀਦਾ। ਪਰ ਵਿਦਵਾਨਾਂ ਦੇ ਗਲੇ ਤੋਂ ਥੱਲੇ ਗੱਲ ਨਹੀਂ ਉਤਰ ਸਕਦੀ। ਇਹ ਗੱਲਾਂ ਵਿਦਵਾਨਾਂ ਦੇ ਗਲੇ ਤੋਂ ਥੱਲੇ ਉਤਰ ਜਾਣ, ਗੁਰਮੁਖਾਂ ਦੇ ਗਲੇ ਤੋਂ ਥੱਲੇ ਉਤਰ ਜਾਣ, ਇਹ ਨਹੀਂ ਹੋ ਸਕਦਾ। ਗੁਰਮੁਖਾਂ ਦੇ ਗਲੇ ਤੋਂ ਥੱਲੇ ਉਤਰੂਗੀ ਇਹ ਗੱਲ। ਜਿੰਨਾ ਚਿਰ ਇਹ ਗੱਲ ਗਲੇ ਤੋਂ ਥੱਲੇ ਨਹੀਂ ਉਤਰਦੀ, ਉਹਨਾਂ ਚਿਰ ਗੁਰਬਾਣੀ ਦੀ ਸੋਝੀ ਨਹੀਂ ਆ ਸਕਦੀ, ਗੁਰਬਾਣੀ ਨੂੰ ਅਰਥਾਇਆ ਨਹੀਂ ਜਾ ਸਕਦਾ। ਇਸ ਕਰਕੇ ਗੁਰਬਾਣੀ ਨੂੰ ਅਰਥਾਉਣਾ ਗੁਰਮੁਖਾਂ ਦੇ ਹਿੱਸੇ ਵਿੱਚ ਆਇਆ। ਗੁਰਬਾਣੀ ਦੀ ਹਰ ਗੱਲ ਉਹਨਾਂ ਦੇ ਗਲੇ ਉਤਰਦੀ ਹੈ, ਵਿਦਵਾਨਾਂ ਦੇ ਗਲੇ ਕਿਵੇਂ ਉਤਰ ਜੂਗੀ ਇਹ ਗੱਲ? ਵਿਦਵਾਨ ਦਿਮਾਗ 'ਚ ਰਹਿੰਦੇ ਨੇ, ਦਿਮਾਗ ਆਪਣਾ ਕਦੇ ਨਹੀਂ ਛੱਡਦੇ, ਉਹਨਾਂ ਦੀ ਆਪਣੀ ਸੋਚ ਹੁੰਦੀ ਹੈ। ਜਿੰਨਾ ਚਿਰ ਸੋਚ ਆਪਣੀ ਹੈ ਉਹਨਾਂ ਚਿਰ ਦੁਨੀਆ ਵੀ ਉਹਨਾਂ ਦੀ ਆਪਣੀ ਹੈ। ਜਿੰਨਾ ਚਿਰ ਦੁਨੀਆ ਆਪਣੀ ਹੈ ਉਹਨਾਂ ਚਿਰ ਉਹ ਦੁਨੀਦਾਰ ਨੇ ਸਾਰੇ। ਵੱਡਾ ਹੋਇਆ ਦੁਨੀਦਾਰ, ਗਲ ਸੰਗਲ ਘੱਟ ਚਲਾਇਆ। ਜਿਹੜੇ ਦੁਨੀਦਾਰ ਨੇ ਉਹਨਾਂ ਨਾਲ ਇਹੀ ਹੋਊਗਾ, ਗਲ ਸੰਗਲ ਘੱਟ ਚਲਾਇਆ। ਅਕੇ ਕਰਨੀ ਕੀਰਤ ਬਾਚੀ ਹੈ, ਮੈਂ ਲੇਖਾ ਕਰ ਸਮਝਾਇਆ। ਥਾਂ ਨਾ ਕੂੜਿਆਰ ਨਹੀਂ, ਮਨ ਅੰਧੇ ਜਨਮ ਗਵਾਇਆ। ਮਨ ਅੰਧੇ ਜਨਮ, ਅੰਨਾ ਹੋ ਕੇ ਜਦੋਂ ਮਨ ਰਹਿੰਦਾ ਨਾ, ਅੰਧੀ